ਹਾਂਜੀ, ਸਵਾਗਤ ਹੈ ਜੀ ਆਪ ਸਭ ਦਾ ਪੰਜਾਬੀ ਅਮੀਸ਼ੀ ਚੈਨਲ ਦੇ ਉੱਤੇ। ਲੈ ਕੇ ਹਾਜ਼ਰ ਅੱਜ ਦੀਆਂ ਨਵੀਆਂ ਤਾਜ਼ੀਆਂ ਅਪਡੇਟ ਅਤੇ ਸਭ ਵੀਰਾਂ ਭੈਣਾਂ ਦਾ ਬਜ਼ੁਰਗਾਂ ਦਾ ਬਹੁਤ ਬਹੁਤ ਸਵਾਗਤ। ਸਟਾਰਟ ਕਰਦੇ ਹਾਂ ਅੱਜ ਦੀਆਂ ਖਬਰਾਂ, ਚੱਲਦੇ ਹਾਂ ਜੀ ਅੱਜ ਦੀ ਖਬਰ ਦੇ ਵੱਲ। ਅੱਜ ਦੀ ਪਹਿਲੀ ਅਪਡੇਟ ਆ ਰਹੀ ਹੈਗੀ ਹੈ, ਅੱਜ ਇੱਕ ਘਟਨਾ ਵਾਪਰੀ ਹੈ ਇਟਲੀ ਦੇ ਵਿੱਚ। ਇਟਲੀ ਵਿੱਚ ਇੱਕ ਇਲਾਕਾ ਲੱਗਦਾ ਹੈ ਜੀ ਸਨ ਵਿਤੋਰੇ, ਅਤੇ ਇਹ ਸਨ ਵਿਤੋਰੇ ਇਲਾਕਾ ਮਿਲਾਨ ਦੇ ਵਿੱਚ ਪੈਂਦਾ ਹੈ, ਅਤੇ ਇਹਦੇ ਵਿੱਚ ਇੱਕ ਜੇਲ੍ਹ ਬਣੀ ਹੋਈ ਹੈ ਸਨ ਵਿਤੋਰੇ ਜੇਲ੍ਹ, ਅਤੇ ਇਹਦੇ ਵਿੱਚ ਕੁਝ ਕੈਦੀ ਜਿਹੜੇ ਆ ਰੱਖੇ ਹੋਏ ਸੀਗੇ। ਅਤੇ ਕੀ ਹੋਇਆ ਜੀ, ਅੱਜ ਅਚਾਨਕ ਇੱਕ ਇਸ ਜੇਲ੍ਹ ਦੇ ਵਿੱਚ ਅੱਗ ਲੱਗ ਗਈ, ਅਤੇ ਇਹ ਜਦੋਂ ਅੱਗ ਲੱਗੀ ਹੈ ਜੇਲ੍ਹ ਦੇ ਵਿੱਚ, ਅਤੇ ਇੱਕ 18 ਸਾਲ ਦਾ ਵਿੱਚ ਲੜਕਾ ਸੀਗਾ ਜਿਹਨੂੰ ਕਿ ਸਜ਼ਾ ਹੋਈ ਸੀਗੀ, ਕੈਦ ਕੀਤਾ ਹੋਇਆ ਸੀਗਾ, ਅਤੇ ਉਹ ਅੱਗ ਦੀ ਚਪੇਟ ਦੇ ਵਿੱਚ ਆ ਗਿਆ ਮੁੰਡਾ, ਜਿਹਦੇ ਚੱਲਦਿਆਂ ਉਸ ਨੂੰ ਜਿਹੜੀ ਅੱਗ ਲੱਗਣ ਦੇ ਚੱਲਦਿਆਂ, ਅੱਗ ਦੀ ਚਪੇਟ ਦੇ ਵਿੱਚ ਆਉਣ ਦੇ ਚੱਲਦਿਆਂ ਉਸਦੀ ਮੌਤ ਹੋ ਗਈ ਆ। ਅਤੇ ਦੱਸਦੀ ਹੈ ਜੀ ਜੇਲ੍ਹਾਂ ਦਾ ਇਟਲੀ ਦੇ ਵਿੱਚ ਇਸ ਵਕਤ ਹਾਲਾਤ ਜਿਹੜੇ ਕਾਫੀ ਜ਼ਿਆਦਾ ਖਰਾਬ ਹੈ। ਹੁਣ ਕਈ ਕਹਿ ਰਹੇ ਵੀ ਇਸਨੇ ਸੁਸਾਈਡ ਕੀਤਾ ਇਸ ਮੁੰਡੇ ਨੇ, ਜਾਣਬੁੱਝ ਕੇ ਅੱਗ ਲਗਾਈ ਹੈ, ਸੋ ਇਹਦੇ ਬਾਰੇ ਹਾਲੇ ਜਾਣਕਾਰੀ ਨਿਕਲ ਕੇ ਨਹੀਂ ਆਈ। ਬਟ ਇਟਲੀ ਦੇ ਵਿੱਚ ਇੱਕ ਨਵੀਂ ਜਿਹੜੀ ਅਪਡੇਟ ਇਹ ਹੈ ਵੀ ਇਟਲੀ ਵਿੱਚ ਜਿੰਨੀਆਂ ਵੀ ਜੇਲ੍ਹਾਂ ਹੈਗੀਆਂ ਇਸ ਵਕਤ ਸਾਰੀਆਂ ਫੁੱਲੀ ਲੋਡਡ ਹੋ ਚੁੱਕੀਆਂ, ਯਾਨੀ ਕਿ ਕ੍ਰਾਈਮ ਕਾਫੀ ਜ਼ਿਆਦਾ ਵੱਧ ਗਿਆ ਇਟਲੀ ਵਿੱਚ, ਅਤੇ ਜੇਲ੍ਹਾਂ ਦੇ ਵਿੱਚ ਹੁਣ ਥਾਂ ਹੈ ਨਹੀਂ ਗੀ। ਅਤੇ ਇਸ ਸਾਲ ਦਾ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਤਕਰੀਬਨ 70 ਜਿਹੜੇ ਕੈਦੀ ਸੀਗੇ ਜੇਲ੍ਹਾਂ ਦੇ, ਉਹਨਾਂ ਨੇ ਆਪਣਾ ਸੁਸਾਈਡ ਕਰ ਲਿਆ ਜਾਂ ਉਹਨਾਂ ਦੀ ਕਿਸੇ ਤਰੀਕੇ ਦੇ ਨਾਲ ਮੌਤ ਹੋ ਗਈ ਆ ਜੇਲ੍ਹਾਂ ਦੇ ਵਿੱਚ। ਅਤੇ 7 ਜਿਹੜੇ ਪੁਲਿਸ ਦੇ ਅਫਸਰ ਸੀਗੇ ਜਿਹੜੇ ਜੇਲ੍ਹਾਂ ਵਿੱਚ ਕੰਮ ਕਰ ਰਹੇ ਸੀਗੇ, ਉਹਨਾਂ ਨੇ ਆਪਣੀ ਜਾਨ ਲੈ ਲਈ, ਉਹਨਾਂ ਨੇ ਸੁਸਾਈਡ ਕਰ ਲਿਆ। ਸੋ ਕੁੱਲ ਮਿਲਾ ਕੇ ਤਕਰੀਬਨ 77 ਬੰਦੇ ਜਿਹੜੇ ਆ ਜੇਲ੍ਹਾਂ ਦੇ ਵਿੱਚ ਸੀਗੇ ਜਿਨ੍ਹਾਂ ਦੀ ਮੌਤ ਹੋਈ ਇਸ ਸਾਲ। ਹੁਣ ਜਿਹੜੀ ਇਹ ਜੇਲ੍ਹ ਹੈਗੀ ਹੈ ਸਨ ਵਿਤੋਰੇ, ਇਸ ਦੇ ਵਿੱਚ ਟੋਟਲ ਜਿਹੜੀ ਬੰਦੇ ਰੱਖਣ ਦੀ ਕਪੈਸਿਟੀ ਹੈਗੀ ਆ ਜੀ, ਉਹ ਹੈਗੀ 445 ਜਗ੍ਹਾ ਇਸ ਦੇ ਅੰਦਰ ਹੁੰਦੀਆਂ, ਪਰ ਇਹਦੇ ਅੰਦਰ ਕਿੰਨੇ ਬੰਦੇ ਰੱਖੇ ਗਏ ਆ, ਟੋਟਲ 1100 ਬੰਦੇ ਦੇ ਅੰਦਰ ਰੱਖਿਆ ਹੋਇਆ ਆ। ਮੈਕਸੀਮਮ ਬੰਦੇ 445 ਰਹਿ ਸਕਦੇ ਆ, ਸੋ ਤੁਸੀਂ ਇੱਕ ਆਪੇ ਹਿਸਾਬ ਲਗਾ ਸਕਦੇ ਹਾਂ ਵੀ ਕਿੰਨੀ ਜ਼ਿਆਦਾ ਓਵਰ ਪਾਪੂਲੇਸ਼ਨ ਇੱਥੇ ਅੰਦਰ ਹੋਈ ਹੋਈ ਹੈ ਕ੍ਰੀਏਟ। 247% ਬੰਦਾ ਜ਼ਿਆਦਾ ਆ, ਯਾਨੀ ਕਿ ਦੁੱਗਣੇ ਤੋਂ ਵੀ ਦੁੱਗਣਾ। ਅਤੇ ਇਹਦੇ ਉੱਤੇ ਮਿਨਿਸਟਰਾਂ ਦੀ ਇੱਕ ਰਿਪੋਰਟ ਆਈ ਹੈ, ਇਹਦੇ ਵਿੱਚ ਉਹ ਕਹਿ ਰਹੇ ਆ ਵੀ ਤਕਰੀਬਨ 15,000 ਸਾਡੇ ਕੋਲ ਜਿਹੜੇ ਦੇ ਤੈਨੂੰਤੀ ਜਿਹੜੇ ਕੈਦੀ ਆ ਉਹ ਜ਼ਿਆਦਾ ਆ, ਕਪੈਸਿਟੀ ਜਿੰਨੀ ਚਾਹੀਦੀ ਉਸ ਤੋਂ 15,000 ਬੰਦਾ ਵਾਧੂ ਆ, ਅਤੇ ਇਹਨਾਂ ਨੂੰ ਕਿਸੇ ਪਾਸੇ ਸੈੱਟ ਕਰਨ ਦੀ ਲੋੜ ਹੈ ਜਲਦ ਤੋਂ ਜਲਦ। ਅਤੇ ਪਲੱਸ 18,000 ਬੰਦਾ ਹੋਰ ਚਾਹੀਦਾ ਪੁਲਿਸ ਦੇ ਵਿੱਚ, ਜਿਹੜਾ ਕਿ ਇਹ ਚੀਜ਼ਾਂ ਨੂੰ ਸਾਂਭ ਸਕੇ, ਜੇਲ੍ਹਾਂ ਨੂੰ ਸਾਂਭ ਸਕੇ। ਸੋ ਇੰਨਾ ਜ਼ਿਆਦਾ ਬੰਦੇ ਦੀ ਜਿਹੜੀ ਕਮੀ ਆ ਰਹੀ ਇਟਲੀ ਦੇ ਵਿੱਚ, ਤੁਸੀਂ ਕਿਸੇ ਵੀ ਫੀਲਡ ਵਿੱਚ ਚਲੇ ਜਾਵੋ, ਬੰਦਿਆਂ ਦੀ ਕਮੀ ਆ ਰਹੀ ਆ, ਚਾਹੇ ਉਹ ਜੇਲ੍ਹਾਂ ਦੇ ਵਿੱਚ ਹੋਵੇ, ਪੁਲਿਸ ਵਿੱਚ ਹੋਵੇ, ਹੋਸਪਿਟਲ ਵਿੱਚ ਹੋਵੇ, ਜਿੰਨੀਆਂ ਵੀ ਸਰਕਾਰੀ ਫੀਲਡ ਹੈਗੀਆਂ ਉਹਨਾਂ ਵਿੱਚ ਇਸ ਵਕਤ ਕਾਫੀ ਜ਼ਿਆਦਾ ਵਰਕਰ ਘੱਟ ਆ, ਲੋਡ ਜ਼ਿਆਦਾ ਪੈ ਰਿਹਾ ਹਰ ਪਾਸੇ। ਇਸ ਤੋਂ ਬਾਅਦ ਚੱਲਦੇ ਹਾਂ ਅਗਲੀ ਖਬਰ ਦੇ ਵੱਲ। ਅਗਲੀ ਖਬਰ ਆ ਰਹੀ ਹੈਗੀ ਹੈ ਇਟਲੀ ਦੇ ਵਿੱਚ ਜਿਹੜੀ ਲੋਂਬਾਰਦੀਆ ਸਟੇਟ ਹੈਗੀ ਹੈ, ਲੋਂਬਾਰਦੀਆ ਸਟੇਟ ਦੇ ਵਿੱਚ ਜਿਹੜੀਆਂ ਪਹਾੜੀਆਂ ਲੱਗਦੀਆਂ ਹੈ, ਇਸ ਸਟੇਟ ਦੇ ਵਿੱਚ ਜਿੰਨੇ ਵੀ ਪਹਾੜ ਹੈਗੇ ਆ ਦੱਸਿਆ ਜਾ ਰਿਹਾ ਜੀ ਵੀ ਉਸ ਪਹਾੜਾਂ ਦੇ ਵਿੱਚ ਜਿਹੜੇ ਕੁਝ ਹਾਈਟ ਵਾਲੇ ਪਹਾੜ ਹੈ ਉਹਨਾਂ ਦੇ ਵਿੱਚ ਕੁਝ ਗਲੇਸ਼ੀਅਰ ਵੀ ਹੈਗੇ ਆ ਬਰਫ਼ ਦੇ। ਅਤੇ ਹੁਣ ਅਲਾਰਮਿਕ ਜਾਰੀ ਕੀਤਾ ਗਿਆ ਇਸ ਸਾਲ, ਉਹ ਕਹਿ ਰਿਹਾ ਵੀ ਇਹਨਾਂ ਵਿੱਚੋਂ ਕੋਈ ਵੀ ਗਲੇਸ਼ੀਅਰ ਐਸਾ ਨਹੀਂ ਹੈਗਾ ਜਿਹੜਾ ਕਿ ਇਸ ਸਾਲ ਇਸ ਸਾਈਕਲ ਦੇ ਐਂਡ ਤੱਕ ਬਣਿਆ ਰਹੂਗਾ, ਯਾਨੀ ਕਿ ਸਾਰੇ ਪਿਘਲ ਜਾਣੇ ਇਸ ਸਾਈਕਲ ਦੇ ਐਂਡ ਤੱਕ। ਇਸ ਸਦੀ ਦੇ ਵਿੱਚ ਜਿੰਨੇ ਵੀ ਗਲੇਸ਼ੀਅਰ ਹੈਗੇ ਆ ਸਾਰੇ ਪਿਘਲ ਜਾਣੇ ਆ, ਕਿਉਂਕਿ ਜਿਹੜੀ ਗਰਮੀਆਂ ਲੰਘ ਕੇ ਹਟੀਆਂ ਇਸ ਸਾਲ 2024 ਦੀਆਂ, ਇਹ ਕਾਫੀ ਜ਼ਿਆਦਾ ਗਰਮ ਰਹੀਆਂ ਇਟਲੀ ਦੇ ਵਾਸਤੇ। ਹਾਲਾਂਕਿ ਹਾਲੇ ਵੀ ਚੱਲ ਰਹੀ ਹੈ ਗਰਮੀ, ਬਟ ਹੁਣ ਅੱਗੇ ਨਾਲੋਂ ਫਰਕ ਪੈ ਗਿਆ ਟੈਂਪਰੇਚਰ ਦਾ, ਜਿਹੜਾ ਅਗਸਤ ਮਹੀਨਾ ਲੰਘ ਕੇ ਹਟਿਆ ਹੈ ਬਹੁਤ ਜ਼ਿਆਦਾ ਗਰਮ ਰਿਹਾ ਐਤਕੀ, ਜੁਲਾਈ ਵੀ ਕਾਫੀ ਗਰਮ ਰਿਹਾ, ਅਤੇ ਹਰ ਸਾਲ ਕੁਝ ਨਾ ਕੁਝ ਨਵੇਂ ਜਿਹੜੇ ਰਿਕਾਰਡ ਇਹ ਕਾਇਮ ਹੋ ਰਹੇ ਆ, ਜਿਨ੍ਹਾਂ ਦੇ ਚੱਲਦਿਆਂ ਪ੍ਰੋਬਲਮ ਵਧੀ ਜਾ ਰਹੀ ਹੈ ਗਰਮੀ ਦੀ, ਅਤੇ ਸਰਦੀ ਘੱਟ ਰਹੀ ਹੈ, ਗਰਮੀ ਜਿਹੜੀ ਵੱਧ ਰਹੀ ਹੈ, ਜਿਹੜੀ ਕਿ ਦੁਨੀਆ ਦੇ ਵਾਸਤੇ ਇੱਕ ਖਤਰਾ ਪੈਦਾ ਕਰ ਰਹੀ ਹੈ। ਇਸ ਤੋਂ ਅੱਗੇ ਚੱਲਦੇ ਹਾਂ ਅਗਲੀ ਖਬਰ ਦੇ ਵੱਲ। ਅਗਲੀ ਖਬਰ ਆ ਰਹੀ ਹੈਗੀ ਆ ਜੀ ਜਿਹੜਾ ਇਲਾਕਾ ਲੱਗਦਾ ਹੈ ਫੌਜਾਂ, ਫੌਜਾਂ ਦੇ ਵਿੱਚ ਕੀ ਹੋਇਆ ਜੀ, ਇੱਕ ਬੰਦੇ ਦੀ ਜਾਨ ਚਲੀ ਜਾਂਦੀ ਹੈ, ਅਤੇ ਉਸ ਬੰਦੇ ਦੇ ਜਿਹੜੇ ਕੁਝ ਦੋਸਤ ਮਿੱਤਰ ਕਹਿ ਲਈਏ, 50 ਬੰਦਿਆਂ ਦਾ ਇੱਕ ਗਰੁੱਪ ਹੁੰਦਾ ਆ, ਅਤੇ ਉਹ ਹੋਸਪਿਟਲ ਵਿੱਚ ਆ ਜਾਂਦਾ, ਅਤੇ ਹੋਸਪਿਟਲ ਵਿੱਚ ਆ ਕੇ ਜਦੋਂ ਦੇਖਦਾ ਵੀ ਸਾਡਾ ਬੰਦਾ ਨਹੀਂ ਬਚ ਪਾਇਆ, ਅਤੇ ਜਿਹੜੇ ਡਾਕਟਰ ਹੁੰਦੇ ਜਾਂ ਜਿਹੜੀਆਂ ਨਰਸਾਂ ਹੁੰਦੀਆਂ ਅੰਦਰ, ਉਹਨਾਂ ਦੇ ਨਾਲ ਉਹਨਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਅਤੇ ਕਾਫੀ ਜ਼ਿਆਦਾ ਕੁੱਟਮਾਰ ਕੀਤੀ, ਮੁੱਕੇ ਮਾਰੇ ਡਾਕਟਰਾਂ ਦੇ,
ਲੱਤਾਂ ਮਾਰੀਆਂ, ਚਪੇੜਾਂ ਮਾਰੀਆਂ, ਇਹਦੇ ਵਿੱਚ 3 ਜਣੇ ਜਿਹੜੇ ਆ ਜੀ ਇਸ ਵਕਤ ਜ਼ਖਮੀ ਹੋਏ ਆ। ਅਤੇ ਬੇਸਿਕਲੀ ਇਹ ਇੱਕ ਲੜਕੀ ਸੀਗੀ, ਨਤਾਸ਼ਾ ਨਾਮ ਦੀ ਲੜਕੀ ਸੀਗੀ, ਨਤਾਸ਼ਾ ਪੁਲੀਏਜ਼, 23 ਸਾਲ ਦੀ ਇਸਦੀ ਲੜਕੀ ਦੀ ਉਮਰ ਦੱਸੀ ਜਾ ਰਹੀ ਆ, ਜਿਹੜੀ ਕਿ ਹਸਪਤਾਲ ਵਿੱਚ ਜਿਹਦੀ ਜਾਨ ਚਲੀ ਗਈ। ਸੋ ਉਸਦੇ ਕੁਝ ਰਿਸ਼ਤੇਦਾਰਾਂ ਵੱਲੋਂ ਮੁੜ ਕੇ ਤੋੜ ਭੰਨ ਕੀਤੀ ਗਈ ਅਤੇ ਡਾਕਟਰਾਂ ਨੂੰ ਕੁੱਟਿਆ ਗਿਆ, ਸਾਰਾ ਕੁਝ ਜਿਹੜਾ ਆ, ਮੁੜ ਕੇ ਉਹਦੀਆਂ ਵੀਡੀਓ ਵੀ ਬਣਾਈਆਂ ਗਈਆਂ। ਇਸ ਤੋਂ ਬਾਅਦ ਅਗਲੀ ਹੈਗੀ ਆ ਜੀ ਅਪਡੇਟ ਆਪਣੀ, ਜਿਹੜੇ ਵੀਰ ਆਪਾਂ ਨੂੰ ਮੈਸੇਜ ਕਰਦੇ ਹੈਗੇ ਸਾਨਾਤੋਰੀਆ ਨੂੰ ਲੈ ਕੇ। ਸਾਨਾਤੋਰੀਆ ਬਾਰੇ ਵੀ ਹਾਲੇ ਤਾਂ ਕੋਈ ਅਪਡੇਟ ਨਵੀਂ ਨਿਕਲ ਗਈ ਨਹੀਂ ਹੈ, ਅਸੀਂ ਚੈੱਕ ਕਰਦੇ ਹਾਂ, ਲਗਾਤਾਰ ਚੈੱਕ ਕਰ ਰਹੇ ਹਾਂ ਵੀ ਕੋਈ ਸਰਕਾਰ ਵੱਲੋਂ ਕਿਸੇ ਮੰਤਰੀ ਦਾ ਕੋਈ ਬਿਆਨ ਆਵੇ ਜਾਂ ਕੋਈ ਸਰਕਾਰ ਦਾ ਕੋਈ ਅਫੀਸ਼ੀਅਲ ਅਪਡੇਟ ਆ ਜਾਵੇ। ਹਾਲੇ ਤਾਂ ਕੋਈ ਅਫੀਸ਼ੀਅਲ ਅਪਡੇਟ ਵੀਰੋ ਆਈ ਨਹੀਂ ਹੈਗੀ। ਬਾਕੀ ਤੁਹਾਨੂੰ ਇੱਕ ਗੱਲ ਤਾਂ ਦੱਸ ਦਿੰਦੇ ਹਾਂ ਜੀ, ਅਸੀਂ ਜਿਹੜੇ ਚੈਨਲ 'ਤੇ ਅਪਡੇਟ ਦੇਈਦੀ ਆ, ਜਦੋਂ ਕਿ ਅਫੀਸ਼ੀਅਲ ਅਪਡੇਟ ਹੁੰਦੀ ਆ ਫਿਰ ਗੱਲ ਤੁਹਾਨੂੰ ਕਲੀਅਰ ਕਰੀਦੀ ਆ। ਕਿਉਂਕਿ ਇਸ ਤੋਂ ਪਹਿਲਾਂ ਜਦੋਂ ਵੀ ਸਾਨੂੰ ਕਾਫੀ ਸਮਾਂ ਹੋ ਗਿਆ, ਜਦੋਂ ਵੀ ਅਸੀਂ ਅਪਡੇਟ ਦੇਈਦੀ ਹੈ, ਕੋਈ ਪੇਪਰ ਖੁੱਲ੍ਹਦੇ ਆ ਜਾਂ ਕੋਈ ਵੀ ਨਵੀਂ ਅਪਡੇਟ ਹੁੰਦੀ ਹੈ, ਅਤੇ ਜਦ ਤੱਕ ਉਹ ਚੀਜ਼ ਕਨਫਰਮ ਨਹੀਂ ਹੁੰਦੀ ਹੈਗੀ ਉਦੋਂ ਤੱਕ ਅਸੀਂ ਅਪਡੇਟ ਨਹੀਂ ਕਰੀਦੀ ਉਹਦੀ। ਸੋ ਇਸ ਕਰਕੇ ਜਦੋਂ ਵੀ ਕੋਈ ਚੀਜ਼ ਕਨਫਰਮ ਹੋਵੇਗੀ ਤੁਹਾਨੂੰ ਆਪਾਂ ਫਿਰ ਹੀ ਅਪਡੇਟ ਦੇਣੀ ਆ। ਸੋ ਇਸ ਕਰਕੇ ਤੁਹਾਨੂੰ ਅਸੀਂ ਆਪਣੇ ਵੱਲੋਂ ਨਹੀਂ ਕਹਿ ਸਕਦੇ ਵੀ ਗੱਲਬਾਤ ਚੱਲ ਰਹੀ ਹੈ, ਸ਼ਾਇਦ ਖੁੱਲ੍ਹ ਜਾਵੇ। ਸੋ ਇਹ ਜਿਹੜੀ ਚੀਜ਼ ਅਸੀਂ ਪਬਲਿਕ ਪਲੇਟਫਾਰਮ ਦੇ ਉੱਤੇ ਤਾਂ ਨਹੀਂ ਕਹਿ ਸਕਦੇ। ਜਦੋਂ ਕੋਈ ਪੱਕੀ ਚੀਜ਼ ਆ ਜਾਵੇ, ਕੋਈ ਸਾਨੂੰ ਪੱਕਾ ਕੋਈ ਪਰੂਫ ਮਿਲ ਜਾਵੇ, ਫਿਰ ਅਸੀਂ ਇਹ ਖਬਰ ਪੱਕਾ ਦੇ ਦਿੱਤੀ ਆ। ਬਾਕੀ ਹਾਲੇ ਤੱਕ ਸਨਤੋਰੀ ਦੀ ਸਾਡੇ ਕੋਲ ਅਪਡੇਟ ਨਹੀਂ ਆਈ ਕੋਈ ਵੀ, ਅਤੇ ਜਿਹੜੇ ਵੀਰ ਕਹਿ ਰਹੇ ਆ ਪੇਪਰ ਸਨਤੋਰੀ ਦੀ ਖੁੱਲ੍ਹਣ ਜਾ ਰਹੇ ਆ, ਸੋ ਉਹਨਾਂ ਬਾਰੇ ਹਾਲੇ ਕੋਈ ਅਪਡੇਟ ਨਹੀਂ ਹੈਗੀ ਪੱਕੀ। ਬਾਕੀ ਵੈਸੇ ਮੁਸ਼ਕਿਲ ਲੱਗ ਰਿਹਾ ਵੀ ਸਨਤੋਰੀ ਕਿਤੇ ਖੁੱਲ੍ਹ ਜਾਵੇ, ਹਾਲੇ ਕੋਈ ਉਮੀਦ ਨਹੀਂ ਹੈਗੀ ਹਾਲੇ ਸਨਤੋਰੀ ਆ ਸਰਕਾਰ ਖੋਲ੍ਹ ਦੇਵੇ, ਕਿਉਂਕਿ ਸਰਕਾਰ ਹਾਲੇ ਇਸ ਪਾਸੇ ਵੱਲ ਕੋਈ ਵੀਰਾਂ 'ਤੇ ਕੋਈ ਕਮੈਂਟ ਜਾਂ ਕੋਈ ਬਿਆਨ ਜਾਂ ਉਹਨਾਂ ਦਾ ਧਿਆਨ ਸਰਕਾਰ ਦਾ ਨਹੀਂ ਗਾ। ਬਾਕੀ ਇਸ ਤੋਂ ਇਲਾਵਾ ਜਿਹੜੀ ਅਗਲੇ ਸਾਲ ਦੀ ਫਲੂਸੀ, ਉਹਨਾਂ ਬਾਰੇ ਵੀ ਆਪਣੇ ਵੀਰਾਂ ਦੇ ਕਮੈਂਟ ਆਉਣੇ ਸ਼ੁਰੂ ਹੋ ਚੁੱਕੇ ਆ, ਜਿਹਦੇ ਵਿੱਚ ਪੁੱਛ ਰਹੇ ਸੀਗੇ ਭਾਅ ਜੀ ਅਗਲੇ ਸਾਲ ਦੀ ਜਿਹੜੀ ਫਲੂਸੀ ਹੈ ਉਹਨਾਂ ਦੀ ਕਦੋਂ ਡੇਟ ਹੈਗੀ ਹੈ, ਕਦੋਂ ਤੱਕ ਖੁੱਲ੍ਹੇਗੀ। ਸੋ ਉਦੋਂ ਹਾਲੇ ਅਗਲੇ ਸਾਲ ਜਿਹੜੀ ਖੁੱਲ੍ਹਣੀ ਹੈ, ਜਦੋਂ ਟਾਈਮ ਆਵੇਗਾ ਤੁਹਾਨੂੰ ਆਪਾਂ ਦੱਸਾਂਗੇ ਵੀ ਕਿੱਦਾਂ ਡੇਟ, ਕਿੱਦਾਂ ਉਹਦਾ ਕਲਿੱਕੜੇ ਆ। ਸੋ ਉਹਦੇ ਬਾਰੇ ਸਰਕਾਰ ਹਾਲੇ ਨਵਾਂ ਦੇਖ ਰਹੀ ਤੋਂ ਪਾਸ ਕਰੇਗੀ, ਅਤੇ ਉਸ ਤੋਂ ਬਾਅਦ ਫਿਰ ਸਾਰੀ ਅਪਡੇਟ ਆਵੇਗੀ ਨਿਕਲ ਕੇ। ਉਹ ਤਾਂ ਜਿਹੜੀ ਫਲੂਸੀ 2025 ਵਾਲੀ ਆ ਉਹ ਖੁੱਲ੍ਹਣੀ ਆ, ਉਹ ਸਰਕਾਰ ਨੇ ਪਹਿਲਾਂ ਕਿਹਾ ਹੋਇਆ ਵੀ 23, 24 ਅਤੇ 25 3 ਸਾਲ ਫਲੂਸੀ ਖੁੱਲ੍ਹਣੀ ਆ। ਸੋ 23 'ਚ ਵੀ ਖੁੱਲ੍ਹੀ ਸੀ, 24 'ਚ ਵੀ ਖੁੱਲ੍ਹ ਚੁੱਕੀ ਹੈ ਐਤਕੀ, ਅਤੇ 25 ਵਾਲੀ ਜਿਹੜੀ ਆ ਉਹ ਵੀ ਖੁੱਲ੍ਹਣੀ ਆ। ਇਹ ਕਿਉਂਕਿ ਸਰਕਾਰ ਨੇ ਜਿਹੜਾ ਦੇਖ ਰਿਹਾ ਤੋਂ ਸੀਗਾ ਪਹਿਲਾਂ ਹੀ ਪਾਸ ਕੀਤਾ ਹੋਇਆ ਆ। ਸੋ ਇਸ ਕਰਕੇ ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈਗੀ ਵੀ ਨਹੀਂ ਖੁੱਲ੍ਹਣੀ, ਉਹ ਚੀਜ਼ ਜਿਹੜੀ ਕਨਫਰਮ ਆ। ਬਾਕੀ ਇਸ ਤੋਂ ਇਲਾਵਾ ਜਿਹੜੇ ਵੀਰ ਪੁੱਛਦੇ ਹੁੰਦੇ ਭਾਅ ਜੀ ਪੇਪਰ ਸਾਡੇ ਨਿਕਲ ਸਕਦੇ, ਨਹੀਂ ਸਾਨੂੰ ਕਈਆਂ ਵੀਰਾਂ ਦੇ ਮੈਸੇਜ ਆਉਂਦੇ ਆ ਹੁਣ ਵੀ ਸਾਡੇ ਪੇਪਰ ਨਿਕਲਦੇ ਆ, ਪਰ ਅਸੀਂ ਹੁਣ ਵੀਡੀਓ ਵਿੱਚ ਨਹੀਂ ਦੱਸੀ ਦਾ ਪੇਪਰ ਨਹੀਂ ਨਿਕਲਦੇ ਜਾਂ ਪੇਪਰ ਨਿਕਲਦੇ ਕਿਸੇ ਦੇ, ਕਿਉਂਕਿ ਫਿਰ ਵਿੱਚ ਕਈ ਕਹਿਣ ਵਾਲੇ ਹੋ ਜਾਂਦੇ ਆ ਜੀ ਤੁਸੀਂ ਅਧੂਰੀ ਜਾਣਕਾਰੀ ਦੇ ਰਹੇ ਹਾਂ, ਤੁਸੀਂ ਟਾਈਮਿੰਗ ਨਹੀਂ ਦੱਸ ਰਹੇ, ਤੁਸੀਂ ਪੇਪਰ ਨਹੀਂ ਨਾਮ ਨਹੀਂ ਦੱਸ ਰਹੇ ਕਿਹੜੇ ਪੇਪਰ ਨਿਕਲੇ ਆ। ਸੋ ਇਸ ਕਰਕੇ ਹੁਣ ਅਸੀਂ ਕਮੈਂਟ ਉਹਨਾਂ ਦੇ ਦੱਸਾਂਗੇ ਜਿਹੜੇ ਵੀਰ ਪੂਰੀ ਇਨਫੋਰਮੇਸ਼ਨ ਸ਼ੇਅਰ ਕਰੂਗੇ ਆਪਣੀ, ਕਿੱਥੇ ਪੇਪਰ ਨਿਕਲੇ, ਕਿਹੜੇ ਪੇਪਰ ਨਿਕਲੇ, ਕਿੰਨੇ ਵਜੇ ਨਿਕਲੇ, ਫਿਰ ਅਸੀਂ ਤੁਹਾਡਾ ਕਮੈਂਟ ਰਿਪਲਾਈ ਵੀਡੀਓ ਵਿੱਚ ਦੱਸ ਦਿਆ ਕਰਾਂਗੇ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ ਕੰਪੋ ਬਾਸੋ ਇਲਾਕੇ ਤੋਂ। ਇਸ ਇਲਾਕੇ ਦੇ ਵਿੱਚ ਇੱਕ 47 ਸਾਲ ਦੇ ਔਰਤ ਅਤੇ ਉਹਨਾਂ ਦੀ ਜਿਹੜੀ ਹੈ ਘਰ ਵਿੱਚ ਲਾਸ਼ ਮਿਲੀ ਹੈ, ਡੈੱਡ ਬੋਡੀ ਮਿਲੀ ਹੈ। ਦੱਸਿਆ ਜਾ ਰਿਹਾ ਜੀ ਉਹ ਉਹਨਾਂ ਦਾ ਜਿਹੜਾ ਬਾਥਰੂਮ ਸੀਗਾ ਉਹਦੇ ਵਿੱਚ ਉਹਨਾਂ ਦੀ ਲਾਸ਼ ਮਿਲੀ ਆ, ਅਤੇ ਇਹ ਵੀ ਦੱਸਿਆ ਜਾ ਰਿਹਾ ਵੀ ਇਹ ਤਕਰੀਬਨ ਇਹਨਾਂ ਦੀ ਮੌਤ ਤਕਰੀਬਨ 2 ਮਹੀਨੇ ਪਹਿਲਾਂ ਹੋਈ ਆ, ਅਤੇ ਉਦੋਂ ਤੋਂ ਇਹ ਇਕੱਲੇ ਘਰ 'ਚ ਰਹਿ ਰਹੇ ਸੀਗੇ ਅਤੇ ਕਿਸੇ ਨੇ ਵੀ ਕੋਈ ਪਤਾ ਨਹੀਂ ਲੱਗਾ ਕਿਸੇ ਨੂੰ, ਅਤੇ ਅਚਾਨਕ ਜਿਹੜੀ ਇਹ ਚੀਜ਼ ਦੀ ਜਦੋਂ ਪਤਾ ਲੱਗਾ ਕੋਈ ਆਂਢ ਗੁਆਂਢ ਜਿਹੜੇ ਆ ਉਹਨਾਂ ਨੂੰ ਪਤਾ ਲੱਗਾ ਵੀ ਇੱਥੇ ਰਹਿ ਰਹੀ ਸੀਗੀ ਕੋਈ, ਅਤੇ ਹੁਣ ਇੰਨੇ ਚਿਰ ਦੀ ਕੋਈ ਅਪਡੇਟ ਨਹੀਂ ਗੀ। ਅਤੇ ਉਸ ਤੋਂ ਬਾਅਦ ਜੋ ਚੈਕਿੰਗ ਕੀਤੀ ਗਈ ਘਰ ਦੀ ਖੋਲ੍ਹ ਕੇ, ਅਤੇ ਫਿਰ ਪਤਾ ਲੱਗਾ ਜੀ ਵੀ ਇਹਦੇ ਵਿੱਚ ਉਹਨਾਂ ਦੀ ਮੌਤ ਹੋਈ ਹੋਈ ਆ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ ਅਲੈਕਸਾਂਦਰੂ ਨਾਮ ਦਾ ਇੱਕ ਲੜਕਾ ਜਿਹਦੀ ਉਮਰ 18 ਸਾਲ ਦੱਸੀ ਜਾ ਰਹੀ ਹੈ, ਅਤੇ ਔਰਤੋਨਾ ਇਲਾਕੇ ਦੇ ਵਿੱਚ ਇੱਕ ਗੱਡੀ ਉਹਦੇ ਵਿੱਚ ਆ ਕੇ ਲੱਗੀ ਅਤੇ ਉਹਦੀ ਜਾਨ ਚਲੀ ਗਈ। ਹੁਣ ਦੱਸਿਆ ਜਾ ਰਿਹਾ ਜੀ ਜਿਹੜੇ ਉਹਦੇ ਔਰਗਨ ਆ ਉਹ ਡੋਨੇਟ ਕੀਤੇ ਜਾਣਗੇ ਤਾਂ ਕਿ ਕਿਸੇ ਹੋਰ ਬੰਦੇ ਦੇ ਕੰਮ ਆ ਜਾਣ ਉਹਦੀ ਫੈਮਿਲੀ ਵੱਲੋਂ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ ਅਰੇਤਸੋ ਇਲਾਕੇ ਤੋਂ। ਇੱਕ ਸਿਆਣੇ ਬਜ਼ੁਰਗ ਰਹਿ ਰਹੇ ਸੀਗੇ ਇਸ ਇਲਾਕੇ ਦੇ ਵਿੱਚ, ਅਤੇ ਅਰੇਤਸੋ ਦੇ ਵਿੱਚ ਉਹਨਾਂ ਦੀ ਜਿਹੜੀ ਸਿਆਣੇ ਬਜ਼ੁਰਗ ਸੀ ਉਹਨਾਂ ਦੀ ਘਰ ਦੇ ਵਿੱਚ ਡੈੱਥ ਹੋ ਗਈ ਕਈ ਮਹੀਨਿਆਂ ਤੋਂ, ਅਤੇ ਜਿਹੜੇ ਉਹਨਾਂ ਦੇ ਲੜਕੀ ਸੀਗੀ ਜਿਹੜੀ ਕਿ ਦੇਖਭਾਲ ਕਰਦੀ ਸੀ ਉਹਨਾਂ ਦੀ, ਉਹ ਰਿਮਿਨੀ ਕੱਟਣ ਗਈ ਹੋਈ ਸੀਗੀ ਛੁੱਟੀਆਂ। ਹੁਣ
ਪੁਲਿਸ ਉਹਨਾਂ ਦੀ ਜਾਣਕਾਰੀ ਕੱਢ ਰਹੀ ਆ ਵੀ ਤੁਸੀਂ ਇਹਨਾਂ ਨੂੰ ਇਕੱਲਿਆਂ ਨੂੰ ਸਿਆਣੇ ਬਜ਼ੁਰਗ ਨੂੰ ਘਰ ਕਿੱਦਾਂ ਛੱਡ ਕੇ ਗਏ ਜਦਕਿ ਜ਼ਿੰਮੇਵਾਰੀ ਤੁਹਾਡੀ ਸਾਂਭਣ ਦੀ ਸੀ ਇਹਨਾਂ ਨੂੰ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ ਲਾਂਪੇ ਦੂਸਰਾ ਦੇ ਜਿਹੜਾ ਇਲਾਕਾ ਲੱਗਦਾ ਉਸ ਇਲਾਕੇ ਦੇ ਵਿੱਚ ਅੱਜ ਇੱਕ ਅਲਾਰਮ ਜਾਰੀ ਕੀਤਾ ਗਿਆ ਅਤੇ ਪਿਛਲੇ ਕਈ ਘੰਟਿਆਂ ਤੋਂ ਅਲਾਰਮ ਆ ਰਿਹਾ ਸੀਗਾ ਅਤੇ ਇਹ ਅਲਾਰਮ ਸੀਗਾ ਜੀ ONG ਜਿਹੜਾ ਜਹਾਜ਼ ਆ ਉਹਨਾਂ ਦਾ ਸੀਗਾ ਅਤੇ ਉਹਨਾਂ ਦਾ ਇਟਲੀ ਦੇ ਜਿਹੜੇ ਅਧਿਕਾਰੀ ਹੈਗੇ ਇੱਥੇ ਦੇ ਜਿਹੜੇ ਅਧਿਕਾਰੀ ਇਟਲੀ ਦੀ ਪੁਲਿਸ ਹੈਗੀ ਇਹਨਾਂ ਨਾਲ ਕੰਟਰੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹ ਕਿਉਂਕਿ ਉਸ ਇਲਾਕੇ ਦੇ ਵਿੱਚ ਤਕਰੀਬਨ 74 ਬੰਦੇ ਇੱਕ ਕਿਸ਼ਤੀ ਦੇ ਵਿੱਚ ਫਸੇ ਹੋਏ ਆ ਅਤੇ 74 ਬੰਦੇ ਜਿਹੜੇ ਕਿਸ਼ਤੀ ਵਿੱਚ ਫਸੇ ਹੋਏ ਆ ਉਹਨਾਂ ਨੂੰ ਬਚਾਉਣ ਦੇ ਵਾਸਤੇ ਇਟਲੀ ਦੀ ਹੈਲਪ ਮੰਗੀ ਗਈ ਆ ਅਤੇ ਰੋਮਾ ਫੋਨ ਲਗਾਇਆ ਗਿਆ ਪੁਲਿਸ ਨੂੰ ਅਤੇ ਰੋਮਾ ਵੱਲੋਂ ਜਵਾਬ ਦਿੱਤਾ ਗਿਆ ਜੀ ਵੀ ਸਾਡਾ ਇਹ ਮੇਰੇ ਵਿੱਚ ਕੋਈ ਮਤਲਬ ਨਹੀਂ ਹੈਗਾ ਇਹ ਸਾਡਾ ਕੰਮ ਨਹੀਂ ਗਾ ਉਹਨਾਂ ਨੂੰ ਬਚਾਉਣਾ ਅਤੇ ਇਟਲੀ ਨੇ ਇਨਕਾਰ ਕਰ ਦਿੱਤਾ ਉਹਨਾਂ ਨੂੰ ਲੋਕਾਂ ਨੂੰ ਬਚਾਉਣ ਲਈ ਅਤੇ ਤੁਹਾਨੂੰ ਦੱਸ ਦਈਏ ਜੀ ਪਿਛਲੇ 24 ਘੰਟੇ ਜਿਹੜੇ ਲੰਘੇ ਇਹਨਾਂ ਵਿੱਚ ਤਕਰੀਬਨ 44 ਲੋਕ ਪਾਣੀ ਵਿੱਚ ਡੁੱਬ ਚੁੱਕੇ ਆ ਅਤੇ ਉਹਨਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਆ। ਇਸ ਤੋਂ ਪਹਿਲਾਂ ਇੱਕ ਦਿਨ ਤੁਹਾਨੂੰ ਹੋਰ ਖਬਰ ਦੱਸੀ ਜਿਹਦੇ ਵਿੱਚ 21 ਬੰਦਿਆਂ ਦੀ ਜਾਨ ਗਈ ਆ ਅਤੇ ਆਹ ਪਿਛਲੇ 24 ਘੰਟਿਆਂ ਵਿੱਚ 44 ਬੰਦੇ ਹੋਰ ਜਿਹੜੇ ਆ ਡੁੱਬ ਚੁੱਕੇ ਆ ਪਾਣੀ ਦੇ ਵਿੱਚ ਅਤੇ ਇਟਲੀ ਨੇ ਮਨਾ ਕਰ ਦਿੱਤਾ ਵੀ ਕਰੀ ਵੀ ਅਸੀਂ ਹੈਲਪ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਲੋਕ ਆ ਉੱਧਰੋਂ ਲਗਾਤਾਰ ਚੱਲੀ ਜਾ ਰਹੇ ਆ ਲਗਾਤਾਰ ਇੱਧਰ ਨੂੰ ਆ ਰਹੇ ਆ ਕਿਸ਼ਤੀਆਂ ਭਰ ਭਰ ਕੇ ਵਿੱਚ ਕਈ ਡੁੱਬ ਰਹੇ ਆ ਕਈ ਬਚ ਜਾਂਦੇ ਆ ਅਤੇ ਇਟਲੀ ਇਸ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਹੈ ਜਿਹੜੀ ਇਮੀਗ੍ਰੇਸ਼ਨ ਇਸ ਤਰੀਕੇ ਦੇ ਨਾਲ ਹੋ ਰਹੀ ਆ ਕਿਉਂਕਿ ਇਟਲੀ ਇਹਨਾਂ ਲੋਕਾਂ ਨੂੰ ਕਿੱਥੇ ਸਾਂਭੇਗਾ। ਔਲਰੇਡੀ ਇੰਨਾ ਕੁ ਜ਼ਿਆਦਾ ਬੰਦਾ ਇਟਲੀ ਵਿੱਚ ਆ ਚੁੱਕਾ ਆ ਅਤੇ ਜਦੋਂ ਬੰਦੇ ਇੱਥੇ ਲੈ ਕੇ ਆਉਣੇ ਆ ਤਾਂ ਇਹਨਾਂ ਦੇ ਵਾਸਤੇ ਖਾਣ ਪੀਣ ਦਾ ਵੀ ਪ੍ਰਬੰਧ ਕਰਨਾ ਪੈਣਾ ਰਿਹਾਇਸ਼ ਵੀ ਕਰਾਉਣੀ ਪੈਣੀ ਅਤੇ ਚੱਲਦਿਆਂ ਇਟਲੀ ਇਸ ਵਕਤ ਖੁਦ ਕਾਫੀ ਜ਼ਿਆਦਾ ਪਰੇਸ਼ਾਨ ਹੈ ਇਸ ਚੀਜ਼ ਤੋਂ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ ਜਿਹੜਾ ਆਟੋਸਟਰਾ ਦਾ ਆ ਦੂਏ ਲੱਗਦਾ ਉਹਦੇ ਵਿੱਚ ਅੱਜ ਇੱਕ ਗੱਡੀ ਵਿੱਚ ਸਿਆਣੇ ਬਜ਼ੁਰਗ ਕੀ ਕੀਤਾ ਜੀ ਉਹ ਹਾਈਵੇ ਦੇ ਉੱਤੇ ਚੜ੍ਹੇ ਆ ਪਰ ਪੁੱਠੇ ਹੱਥ ਚੜ੍ਹ ਗਏ ਅਤੇ ਉਧਰੋਂ ਇੱਕ ਗੱਡੀ ਆ ਰਹੀ ਸੀਗੀ ਉਹਦੇ ਵਿੱਚ ਉਹਨਾਂ ਨੇ ਗੱਡੀ ਮਾਰੀ ਲਿਆ ਕੇ ਆਪਣੀ ਦੋ ਬੰਦੇ ਜ਼ਖਮੀ ਹੋ ਗਏ ਇਸ ਦੇ ਵਿੱਚ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ ਇੱਕ 28 ਸਾਲ ਦੇ ਐਕਟਰਸ ਫਰਾਂਚੈਸਕਾ ਕਾਰੋਚੀ ਨਾਮ ਦੇ ਇਹ ਜਿਸ ਵਕਤ ਹੋਸਪਿਟਲ ਜਾਂਦੇ ਆ ਅਤੇ ਇਹਨਾਂ ਦੀ ਛਾਤੀ ਦੇ ਵਿੱਚ ਦਰਦ ਹੋ ਰਹੀ ਸੀਗੀ ਕਾਫੀ ਜ਼ਿਆਦਾ ਅਤੇ ਉੱਥੇ ਜਦੋਂ ਹੋਸਪਿਟਲ ਕੀ ਕੀਤਾ ਜੀ ਉਹਨਾਂ ਨੇ ਐਂਤੀ ਦੋਲੋਰੀ ਫਿਚੀ ਦੇ ਦਿੱਤੀ ਇਹਨਾਂ ਨੂੰ ਯਾਨੀ ਕਿ ਜਿਹੜੀ ਪੇਨ ਕਿਲਰ ਹੁੰਦੀਆਂ ਉਹ ਦੇ ਦਿੱਤੀਆਂ ਖਾਣ ਨੂੰ ਵੀ ਤੁਹਾਡੀ ਛਾਤੀ ਵਿੱਚ ਦਰਦ ਹੋ ਰਹੀ ਆ ਅਤੇ ਬਾਅਦ ਵਿੱਚ ਪਤਾ ਲੱਗਾ ਵੀ ਛਾਤੀ ਵੇਲੇ ਦਰਦ ਹੋ ਰਹੀ ਸੀ ਇਹਨਾਂ ਨੂੰ ਉਸ ਵਕਤ ਹਾਰਟ ਅਟੈਕ ਆ ਰਿਹਾ ਸੀਗਾ ਇਨਫਾਰਕਟ ਆ ਰਿਹਾ ਸੀਗਾ ਅਤੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਆ। ਅਗਲੀ ਖਬਰ ਹੈਗੀ ਆ ਜੀ ਕੱਲ੍ਹ ਨੂੰ 7 ਸਤੰਬਰ ਹੈ ਅਤੇ ਕੱਲ੍ਹ ਜਿਹੜੇ ਜਹਾਜ਼ ਹੈ ਇਹਨਾਂ ਦੇ ਵਾਸਤੇ 4 ਘੰਟਿਆਂ ਦੀ ਸ਼ੋਪਰ ਹੋ ਆ 4 ਘੰਟਿਆਂ ਦੀ ਹੜਤਾਲ ਹੈ ਅਤੇ ਇਸ ਕਰਕੇ ਤੁਸੀਂ ਅਗਰ ਕੱਲ੍ਹ ਨੂੰ ਕੋਈ ਆਪਣੀ ਫਲਾਈਟ ਕਰਾਈ ਹੋਈ ਹੈ ਤਾਂ ਕਨਫਰਮ ਕਰ ਲਿਓ ਕਦੇ ਤੁਹਾਡੀ ਫਲਾਈਟ ਕੈਂਸਲ ਤਾਂ ਨਹੀਂ ਹੈਗੀ ਜਾਂ ਕੋਈ ਲੇਟ ਤਾਂ ਨਹੀਂ ਹੈਗੀ ਅਤੇ ਕਿਉਂਕਿ ਹੁਣ ਜਿਹੜੇ ਜਿਸ ਹੋਸਪਿਟਲ ਵਿੱਚ ਗਏ ਆ ਉੱਥੇ ਉਹਨਾਂ ਦੇ ਉੱਤੇ ਜਾਣਕਾਰੀ ਪੁਲਿਸ ਕੱਢ ਰਹੀ ਹੈ ਵੀ ਇਹਨਾਂ ਵੱਲੋਂ ਚੈੱਕਅਪ ਕਿਉਂ ਚੰਗੀ ਤਰ੍ਹਾਂ ਕੀਤਾ ਗਿਆ ਇਹਨਾਂ ਨੂੰ ਘਰ ਭੇਜ ਦਿੱਤਾ ਗਿਆ ਪੇਨ ਕਿਲਰ ਦੇ ਕੇ ਅਤੇ ਜਿਸ ਵਕਤ ਥੋੜ੍ਹੀ ਦੇਰ ਬਾਅਦ ਇਹਨਾਂ ਦੀ ਮੌਤ ਹੋ ਗਈ। ਸੋ ਇਟਲੀ ਵਿੱਚ ਵੀ ਜਿਹੜਾ ਹੁਣ ਹਸਪਤਾਲਾਂ ਦਾ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਆ ਪਹਿਲਾਂ ਦੇ ਨਾਲੋਂ। ਪਹਿਲੇ ਸਮੇਂ ਦੇ ਵਿੱਚ ਹਸਪਤਾਲ ਇੱਥੇ ਕਾਫੀ ਵਧੀਆ ਹੁੰਦੇ ਸੀ ਇਟਲੀ ਦੇ ਵਿੱਚ ਕਾਫੀ ਵਧੀਆ ਇਲਾਜ ਲੋਕ ਕਹਿ ਰਹੇ ਸੀਗੇ ਸਾਡਾ ਹੁੰਦਾ ਸੀਗਾ ਪਰ ਹੁਣ ਚੈਕਿੰਗ ਜਿਹੜੀ ਆ ਚੰਗੀ ਤਰੀਕੇ ਦੇ ਨਾਲ ਨਹੀਂ ਹੋ ਰਹੀ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਹੈ ਤਾਂ ਚੈੱਕ ਨਹੀਂ ਕਰਦੇ ਚੰਗੀ ਤਰ੍ਹਾਂ ਉੱਥੇ ਉਹ ਘਰ ਭੇਜ ਦਿੰਦੇ ਆ ਫਟਾਫਟ ਬੰਦੇ ਨੂੰ ਉਸ ਤੋਂ ਬਾਅਦ ਕੋਈ ਹੋਰ ਘਟਨਾ ਵਾਪਰ ਜਾਵੇ ਉਹਦੇ ਵਿੱਚ ਫਿਰ ਕੌਣ ਜ਼ਿੰਮੇਵਾਰ ਹੈ ਇਹਦੇ ਵਿੱਚ ਬੰਦਾ ਇਸ ਵਕਤ ਕਾਫੀ ਜ਼ਿਆਦਾ ਪ੍ਰੋਬਲਮ ਫੇਸ ਕਰਨੀ ਪੈ ਰਹੀ ਇਟਲੀ ਵਿੱਚ ਲੋਕਾਂ ਨੂੰ। ਇਹ ਹੈਗੀਆਂ ਜੀ ਆਪਣੇ ਅੱਜ ਦੇ ਕੁਛ ਨਵੀਆਂ ਤਾਜ਼ੀਆਂ ਅਪਡੇਟ ਮਿਲਦੇ ਹਾਂ ਤੁਹਾਨੂੰ ਕੱਲ੍ਹ ਦੀਆਂ ਖਬਰਾਂ ਦੇ ਨਾਲ ਆਪਣੇ ਦਾ ਆਪਣੇ ਪਰਿਵਾਰ ਦਾ ਖਿਆਲ ਰੱਖਿਓ ਤਦ ਤੱਕ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।